ਇਤਿਹਾਸ ਤੇ ਪੰਨਿਆਂ ਤੇ ਯਾਦਗਾਰੀ ਪੈੜਾਂ ਛੱਡਦਾ 35ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸਮਾਪਤ ਹੋ ਗਿਆ। ਇਸ ਦੇ ਫਾਈਨਲ ਮੁਕਾਬਲੇ ਵਿੱਚ ਇੰਡੀਅਨ ਰੇਲਵੇ ਦੀ ਟੱਕਰ ਆਰਮੀ 11 ਦਰਮਿਆਨ ਫਸਮੀ ਹੋਈ ਅਤੇ ਆਰਮੀ 11 ਨੇ ਇੰਡੀਅਨ ਰੇਲਵੇ ਨੂੰ 5-4 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੀਤੀ। ਇਸ ਮੌਕੇ ਤੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਜਲੰਧਰ ਤੋਂ ਚਿਰਾਗ ਸ਼ਰਮਾ ਦੀ ਰਿਪੋਰਟ। ਦਿਲ ਦੇ ਸ਼ੋਰੂਮ ਵਿੱਚ ਰੱਖੂਗਾ ਸਜਾ ਕੇ ਤੈਨੂੰ ਸੋਹਣੀਏ ਦੀ ਸੋਹਣੀ ਤਸਵੀਰ ਵਾਂਗ ਰਾਂ ਆਪਣਾ ਬਣਾ ਕੇ ਸੋਹਾ ਕਸਮਾ ਖੁਆ ਕੇ ਸਾਡਾ ਹਾਰ ਕੀਤਾ ਰੰਜਣੇ ਦੀ ਹੀਰ ਵਾਂਗ ਰਾਂ ਦਿਲ ਦੇ ਸ਼ੋਰੂਮ ਵਿੱਚ ਰੱਖੂਗਾ ਸਜਾ ਕੇ ਤੈਨੂੰ ਸੋਹਣੀਏ ਦੀ ਸੋਹਣੀ ਤਸਵੀਰ ਵਾਂਗ ਰਾਂ ਤੈਨੂੰ ਸੋਹਣੀਏ ਦੀ ਸੋਹਣੀ ਤਸਵੀਰ ਵਾਂਗ ਰਾਂ ਸੋਹਣੀਏ ਦੀ ਸੋਹਣੀ ਤਸਵੀਰ ਵਾਂਗ ਰਾਂ ਤੈਨੂੰ ਸੋਹਣੀਏ ਦੀ ਸੋਹਣੀ ਤਸਵੀਰ ਵਾਂਗ ਰਾਂ ਸੋਹਣੀਏ ਦੀ ਸੋਹਣੀ ਤਸਵੀਰ ਵਾਂਗ ਰਾਂ ਬੈਸਟ ਟੂਰਨਾਮੈਂਟ ਆ, ਬੈਸਟ ਆਰਗਨਾਈਜ਼ਰ ਨੇ ਅਤੇ ਬੈਸਟ ਪਲੇਅਰ ਇਸ ਫਾਈਨਲ 'ਚ ਪਹੁੰਚੇ ਨੇ। ਪੰਜਾਬ ਸਰਕਾਰ ਸਪੋਰਟਸ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਬੜਾ ਕਲੀਅਰ ਫੈਸਲਾ ਵੀ ਸਪੋਰਟਸ ਉਤਸ਼ਾਹਿਤ ਕਰਨੀਆਂ ਨੇ। ਜੋ ਵੱਧ ਤੋਂ ਵੱਧ ਮਦਦ ਇੱਧਰ ਲਈ ਹੋ ਸਕਦੀ ਹੈ ਇਸ ਕਲੱਬ ਲਈ ਜਾਂ ਸਪੋਰਟਸ ਲਈ, ਕੈਪਟਨ ਸਾਹਿਬ ਨੇ ਆਖਿਆ ਵੱਧ ਤੋਂ ਵੱਧ ਕਰਨੀ ਹੈ, ਉਹਨਾਂ ਦਾ ਹੀ ਫੈਸਲਾ। ਅੱਜ ਮੈਂ ਇਹਨਾਂ 15 ਲੱਖ ਮੰਗਿਆ ਸੀ, 21 ਲੱਖ ਦੇ ਕੇ ਚੱਲੇ। ਇੱਕ ਐਸਟ੍ਰੋ ਟਰਫ ਬਾਰੇ ਕੱਲ੍ਹ ਵੀ ਗੱਲ ਕੀਤੀ ਗਈ ਸੀ ਕਿ ਇੱਥੋਂ ਦੀ ਐਸਟ੍ਰੋ ਟਰਫ ਐਕਸਪਾਇਰ ਹੋ ਚੁੱਕੀ ਹੈ, ਇਸ ਬਾਰੇ ਕਦੋਂ ਤੱਕ ਜਾਣਕਾਰੀ ਪਾਈ? ਇਹ ਮੈਨੂੰ ਤੁਹਾਡੇ ਕੋਲ ਹੁਣ ਪਤਾ ਲੱਗਾ। ਬਾਕੀ ਪ੍ਰਗਟ ਹੋਰੀ ਕੈਪਟਨ ਸਾਹਿਬ ਦੇ ਖਾਸ ਨੇ, ਜੋ ਆਖਣਗੇ ਹੋਵੇਗਾ। ਪਰ ਪ੍ਰਗਟ ਸਾਹਿਬ ਨੂੰ ਘਵਾਉਣਾ ਪੈਣਾ ਨਾ ਤੁਸੀਂ, ਉਹਦੇ ਤਾਂ ਪੈਸੇ ਫੰਡ ਦਿਓ। ਪ੍ਰਗਟ ਸਾਹਿਬ ਜੋ ਆਖਣਗੇ, ਐਸਟ੍ਰੋ ਟਰਫ ਜਦੋਂ ਨੈਕਸਟ ਈਅਰ ਦਾ ਮੈਚ ਹੋਏਗਾ, ਐਸਟ੍ਰੋ ਟਰਫ ਨਵੀਂ ਮਿਲੇਗੀ ਤੁਹਾਨੂੰ।